ਹਾਂਜੀ ਸਾਰਿਆਂ ਨੂੰ ਜੀ ਨਮਸਤੇ ਆਪਣੇ ਮਾਂਚਲੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਨੇ ਅੱਜ ਦੀ ਮੇਰੀ ਰੈਸਪੀ ਆਲੂਆਂ ਦੀ ਸੁੱਕੀ ਸਬਜੀ ਕਨੇ ਇਸ ਚ ਮਟਰ ਵੀ ਪਾਣੇ ਹਨ ਕਨੇ ਪਿਆਜ਼ ਵੀ ਲਾਇਆ ਪਾਣਾ ਤਾਂ ਬੜੀ ਸਵਾਦ ਸਬਜੀ ਬਣਦੀ ਏ ਕਨੇ ਬੜੀ ਜੱਫੜ ਤਿਆਰ ਹੋ ਜਾਂਦੀ ਕਿਉਂਕਿ ਆਲੂ ਜਿਹੜੇ ਸਵਾਲੀ ਕੀ ਰੱਖੇ ਹੀ ਹਨ ਕਨੇ ਹੁਣ ਇਹਨਾਂ ਜੋ ਜਿਹੜਾ ਸੇ ਹੱਥੇ ਕਨੇ ਮੈਸ਼ ਕਰੀਏਣਾ ਚੂਰਾ ਕਰੀਏਣਾ ਇਹ ਦੇਖਾ ਮਧੀ ਆਲੂ ਜਿਹੜੇ ਥੇ ਉਬਲੇ ਹੀ ਹਨ ਦੋ ਤੇ ਤਿੰਨ ਸੀਟੀਆਂ ਲਗਾ ਲਈਆਂ ਥੀਆਂ ਕਹਨੇ ਫਿਰ ਹੀ ਚਿੱਲੀ ਕਰੀ ਦੇਖਾ ਰੱਖੀਤੀ ਹਨ ਠੰਡੇ ਹੋਈਆਂ ਹਨ ਤੇ ਦੇਖਾ ਇਹਨਾਂ ਮੈਸ਼ ਕਰ ਲੈਣ ਥੇ ਕਹਨੇ ਕਹਨੇ ਹੁਣ ਇਹਨਾਂ ਜਹਾ ਲਗਾਉਂਦੇ ਤੜਕਾ ਤੇ ਦੇਖਾ ਲਉਂਦੀ ਸਬਜੀਓ ਤੜਕਾ ਲਗਾਣੇ ਤੇ ਕੜਾਹੀ ਰੱਖੀਤੀ ਹੈ ਗੈਸ ਤੇ ਪਰ ਦੋ ਚਮਚ ਤੇਲੇ ਦੇ ਪਾਈਤੀਆਂ ਹਨ ਕੰਮ ਇਸ ਚੇ ਦੇਖ ਇੱਕ ਚਮਚ ਜੀਰਾ ਪਾਈਤਾ ਜੀਰਾ ਵਧੀਆ ਕਰੈਕ ਕਰ ਲਉਈ ਆ ਕਨੇ ਦੋ ਤੇ ਤਿੰਨ ਪਿਆਜ਼ ਲਿਆ ਦਿੱਤੇ ਨੇ ਜੋ ਲੰਬਾਈ ਵਿੱਚ ਕੱਟੀ ਲਿਆ ਥਾ ਕਨੇ ਦੋ ਸੈਲੀਆਂ ਪਪੜੇ ਵੀ ਪਾਈ ਤੀਆਂ ਸੁੱਕੀ ਕਨੇ ਦੇਖਾ ਫਰੈਸ਼ ਤਾਜ਼ੇ ਮਟਰ ਵੀ ਪਾਈ ਤੀਆਂ ਨਾ ਕਨੇ ਥੋੜੇ ਦੇ ਇਸ ਚਾਹ ਲੂਣ ਵੀ ਪਾਈਏ ਨਾ ਇਸਨੇ ਕੀ ਹੁੰਦਾ ਕਿ ਵਧੀਆ ਮਟਰ ਜਿਹੜੇ ਐ ਸੌਫਟ ਹੋ ਜਾਂਦੇ ਕਨੇ ਲੂਣੇ ਦਾ ਸਵਾਦ ਵੀ ਆ ਜਾਂਦਾ ਤਾਂ ਦੋ ਤੇ ਤਿੰਨ ਮਿੰਟ ਆ ਪਿਆਜ਼ ਕਨੇ ਮਟਰ ਜਿਹੜੇ ਐਂ ਸੇ ਬੁੰਨੀ ਲੈਣੇ ਐ ਤੇ ਦੇਖਾ ਦੋ ਤੇ ਤਿੰਨ ਮਿੰਟ ਹੋਈਆਂ ਪਿਆਜ਼ ਵੀ ਵਧੀਆ ਬਨੋਈ ਆ ਕਨੇ ਮਟਰਾਂ ਦਾ ਰੰਗ ਵੀ ਚੇਂਜ ਹੋਈ ਆ ਤਾਂ ਹੁਣ ਇਸ ਚੀ ਦੇਖਾ ਦਾ ਚਮਚ ਬਸਵਾਰੇ ਦਾ ਪਾਈਏ ਨਾ ਕਨੇ ਇੱਕ ਚਮਚ ਦਨੀਆ ਪਾਊਡਰ ਪਾਈ ਜਣੇ ਯਾਨੀ ਕਿ ਬੀਣੇ ਦਾ ਪਾਊਡਰ ਕਨੇ ਵੀ ਇੱਕ ਤੇ ਦੋ ਮਿੰਟ ਮਸਾਲੇ ਵੀ ਬੁੰਨੀ ਲੈਣੇ ਹਨ ਤੇ ਇਹ ਦੇਖਾ ਹੰਦਾ ਇਹ ਤੁੜਕਾ ਜਿਹੜਾ ਸਤਿਆਰ ਹੋਈ ਆ ਕਨੂੰ ਨਿਚੇ ਦੇਖਾ ਮੈਸ਼ ਕੀਤੇ ਹੋਏ ਆਲੂ ਪਾਈ ਜਣੇ ਹਨ ਕਨੇ ਸੋਗੀ ਦੇਖਾ ਸਵਾਦ ਅਨੁਸਾਰ ਲੂਣ ਵੀ ਪਾਈ ਜਣਾ ਕਨੇ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੈ ਬਧੀਆਂ ਕਿ ਮਿਕਸ ਕਰ ਲੈਣੀਆਂ ਕਨਾਂ ਤੁਹਾਂ ਦੇਖੀ ਸਕਦੇ ਐ ਕਿਤਨਾ ਵਧੀਆ ਸਬਜ਼ੀਆਂ ਦਾ ਰੰਗ ਆਇਆ ਜਿਹੜਾ ਹੰਦਾ ਤੁੜਕਾ ਥੱਕੇ ਦਾ ਨਾ ਵਧੀਆ ਲੱਗਿਆ ਤਾਂ ਇਹਦੇ ਸਬਜ਼ੀ ਬੜੀ ਸਵਾਦ ਲੱਗਦੀ ਖਾਣੇ ਕਨ ਬੜੀ ਵੀ ਬੜੀ ਜਫਟ ਜਾਂਦੀ ਤੇ ਖਾਉਣ ਹਾਂ ਲਗਭਗ 2 ਤੇ 3 ਮਿੰਟ ਜਿਹੜਾ ਸੈ ਸਟੀਮ ਦੇ ਜਿਹੜੀਆਂ ਤੇ ਸਿੱਧਾ ਖਾਉਣਾਂ ਜੀਆਂ ਆ ਲੂਆਂ ਤੇ ਜਿਹੜਾ ਸਵਾਦ ਆਇਆ ਨਾ ਮਸਾਲਿਆਂ ਦਾ ਵੀ ਲੂਣ ਪਾਇਆ ਸਾਰੇ ਮਸਾਲੇ ਆਪੂ ਚੀ ਮਿਕਸ ਹੋਈ ਜਾਣ ਤਾਂ ਬੜੀ ਵਧੀਆ ਹਾਂ ਦੀ ਸਬਜ਼ੀ ਜਿਹੜੀ ਐ ਸੇ ਤਿਆਰ ਹੋਈ ਜਾਣੀ ਤੇ ਇਹ ਦੇਖਾ ਢੱਕਣ ਢੱਕੀ ਹੈ ਨਾ ਕਿਨਾਂ ਦੋ ਤੇ ਤਿੰਨ ਮਿੰਟਾਂ ਸਬਜੀ ਜੜੀਏ ਸੇ ਪਕਾਈ ਲੈਣੀ ਹੈ ਤੇ ਇਹ ਦੇਖਾ ਆਲੂਆਂ ਦੀ ਜਿਹੜੀ ਸੁੱਕੀ ਸਬਜੀ ਹੈ ਤਿਆਰ ਹੋਈ ਹੀ ਹੈ ਦੋ ਤੇ ਤਿੰਨ ਮਿੰਟਾਂ ਸਟੀਮ ਦੇ ਲਈ ਹੈ ਕਿਨਾਂ ਤੁਹਾਂ ਦੇਖੀ ਸਕਦੇ ਕਿੰਨੀ ਵਧੀਆ ਲੱਗਾਦੀ ਹੈ ਕਿਨਾਂ ਇਹ ਜੇ ਸਬਜੀ ਹੈ रोटी या कने पराठे कने पूड़ी या कने बड़ी स्वाद लगती तो हां ऐसा सब्जी दी दीजिए स्टफिंग बड़ी पराठे भरी की आलू पराठे भी बनाए कने अपना हिमाचल YouTube तो चैनल हाँ जरूर ट्राई करके कर लेना तब मिलदे एक नई वीडियो च तुम्हारा वीडियो देखने दई बड़ा बड़ा धन्यवाद